ਸਰਕਾਰ ਉੱਤੇ ਸਿਆਸਤ ਤੇ ਹੋ ਰਹੀ ਹੈ ਹਰ ਇੱਕ ਬੰਦਾ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਹਰ ਇੱਕ ਤਰ੍ਹਾਂ ਦੇ ਹੱਥ ਕੰਡੇ ਬਣਾ ਰਿਹਾ ਪਟਿਆਲਾ ਵਿਖੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਇਹ ਜਿਹੜੇ ਆਰਡੀਨੈਂਸ ਨੇ ਤੁਸੀਂ ਇੱਥੋਂ ਇਹਨਾਂ ਦੀ ਐਮਐਸਪੀ ਬਾਰੇ ਕੋਈ ਫਰਮਾਨ ਦਿਓ ਚਿੱਠੀ ਦਿਓ ਸਾਨੂੰ ਕਿਸਾਨ ਸਾਤੋਂ ਸਮਝਦੇ ਨਹੀਂ ਹੈਗੇ ਖੇਤੀਬਾੜੀ ਬਿੱਲ ਨੂੰ ਰੱਦ ਕਰਨ ਦੀ ਕੀਤੀ ਮੰਗ ਆਪਦੇ ਇਹ ਆਰਡੀਨੈਂਸ ਵਾਪਸ ਲੈ ਲੈ ਨਹੀਂ ਇਹ ਕਿਸਾਨੀ ਤੇਰੀਆਂ ਖੁਰਾ ਖੁਜਿਆ ਖਤਮ ਕਰ ਦੂੰ ਕੰਗਣਾ ਰਾਵਤ ਦੀ ਗੱਲ ਕੀਤੀ ਜਾਵੇ ਲਗਾਤਾਰ ਕਿਸਾਨਾਂ ਦੇ ਵਿਰੋਧ ਚ ਖੜਦੀ ਆ ਹੁਣ ਲਗਾਤਾਰ ਬਿਆਨ ਦੇ ਰਹੀ ਆ ਪਰ ਉਸ ਸਾਡੀ ਭੈਣ ਨੇ ਆ ਸਾਡੇ ਕਿਸਾਨਾਂ ਨੂੰ ਅੱਤਵਾਦੀ ਕਹਿ ਕੇ ਵੱਡਾ ਗੁਨਾਹ ਕੀਤਾ ਲੋਕਾਂ ਨੇ 70 ਸਾਲ ਵੋਟਾਂ ਪਾਈਆਂ ਨੇ ਇਹਨਾਂ ਨੂੰ ਸਾਨੂੰ ਦੋ ਵੋਟਾਂ ਦੀ ਲੋੜ ਸੀ ਜੇ ਉਹ ਟਾਈਮ ਸਾਡਾ ਮੁੱਖ ਮੰਤਰੀ ਅਸਤੀਫਾ ਦੇ ਦਿੰਦਾ ਬੀਬੀ ਹਰਸਿਮਰਤ ਅਸਤੀਫਾ ਦੇ ਦਿੰਦੀ ਤਾਂ ਇਹ ਆਰਡੀਨੈਂਸ ਨਾ ਤਾਂ ਹੋ ਸਕਦਾ 70 ਸਾਲਾਂ ਦੇ ਵਿੱਚ ਸਾਨੂੰ ਦੋ ਵੋਟਾਂ ਨਹੀਂ ਦੇ ਸਕੇ ਤਾਂ ਅਸੀਂ ਇਹਨਾਂ ਨੂੰ ਕੀ ਆਸ ਤੱਕਾਂਗੇ ਜਿੱਥੇ ਦੇਸ਼ ਭਰ 'ਚ ਖੇਤੀਬਾੜੀ ਆਰਡੀਨੈਂਸ ਖਿਲਾਫ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਹੀ ਕਿਸਾਨਾਂ ਵੱਲੋਂ ਪਟਿਆਲਾ ਵਿਖੇ ਧਰਨਾ ਲਾਇਆ ਗਿਆ ਕਾਂਗਰਸ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਸਿਆਸੀ ਨੀਤੀਆਂ ਦਾ ਖੁਲਾਸਾ ਕੀਤਾ ਗਿਆ ਸਾਡੇ ਪਟਿਆਲਾ ਦੇ ਰਿਪੋਰਟਰ ਅਮਰਜੀਤ ਸਿੰਘ ਨਾਲ ਗੱਲਬਾਤ ਕਰਦੇ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਮੋਦੀ ਸਰਕਾਰ ਨੂੰ ਖੇਤੀਬਾੜੀ ਆਰਡੀਨੈਂਸ ਨੂੰ ਵਾਪਸ ਲੈਣ ਦੀ ਚੇਤਾਵਨੀ ਦਿੱਤੀ ਹੈ ਇਸ ਦੇ ਨਾਲ ਹੀ ਕੰਗਨਾ ਰਣੌਤ ਤੇ ਸਨੀ ਦਿਓਲ ਨੂੰ ਵੀ ਸ਼ਿਕੰਜੇ 'ਚ ਲੈ ਕੇ ਉਹਨਾਂ ਦੇ ਦਿੱਤੇ ਬਿਆਨ ਪ੍ਰਤੀ ਕੋਸਦੇ ਆਪਣਾ ਗੁੱਸਾ ਜ਼ਾਹਿਰ ਕੀਤਾ ਚੜ੍ਹਦੀ ਕਲਾ ਟੈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਪਟਿਆਲੇ ਦੇ ਸ਼ਾਹੀ ਸ਼ਹਿਰ ਵਿੱਚ ਲਗਾਤਾਰ ਧਰਨਾ ਪ੍ਰਦਰਸ਼ਨ ਹੋ ਰਿਹਾ ਹੈ ਪਰ ਸਰਕਾਰਾਂ ਜਿਹੜੀਆਂ ਨੇ ਟਸ ਤੋਂ ਮਸ ਨਹੀਂ ਹੋ ਰਹੀਆਂ ਤੁਹਾਨੂੂੰ ਤਸਵੀਰਾਂ ਦਿਖਾ ਦਈਏ ਨੌਜਵਾਨ ਜਿਹੜੇ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਆਰਡੀਨੈਂਸ ਪਾਸ ਹੋ ਚੁੱਕਾ ਹੈ ਹੁਣ ਦੇਖਣਾ ਹੋਵੇਗਾ ਕਿਸਾਨ ਜਥੇਬੰਦੀਆਂ ਵੱਲੋਂ ਕੀ ਅਗਲਾ ਜਿਹੜਾ ਰਣਨੀਤੀ ਤਿਆਰ ਕੀਤੀ ਗਈ ਹੈ ਤੁਸੀਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿਸਾਨਾਂ ਵੱਲੋਂ ਜਿਹੜਾ ਖਾਸ ਤੌਰ ਤੇ ਪੇਂਟਿੰਗ ਦੇ ਰਾਹੀਂ ਜਿਹੜਾ ਤਸਵੀਰਾਂ ਵੀ ਦਿਖਾਈਆਂ ਜਾ ਰਹੀਆਂ ਨੇ ਜਿਹਦੇ ਵਿੱਚ ਲਿਖਿਆ ਗਿਆ ਕਿਸਾਨ ਬਚਾਓ ਜਹਾਨ ਬਚਾਓ ਅਤੇ ਪਿੰਡਾਂ ਦੇ ਵਿੱਚ ਬੋਰਡ ਵੀ ਲੱਗ ਚੁੱਕੇ ਨੇ ਵੀ ਜਿਹੜਾ ਉਹ ਪਿੰਡਾਂ 'ਚ ਪੜੂ ਜਿਹੜਾ ਕਿਸਾਨਾਂ ਨਾਲ ਖੜੂ ਕਿੱਦਾਂ ਨੂੰ ਦੱਸ ਦਈਏ ਕਿਸਾਨਾਂ ਵੱਲੋਂ ਲਗਾਤਾਰ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਪਰ ਸਰਕਾਰਾਂ ਜਿਹੜੀਆਂ ਨੇ ਆਪਣੇ ਆਪਣੇ ਵਾਅਦੇ ਕਰ ਰਹੀਆਂ ਨੇ ਕਾਂਗਰਸ ਸਰਕਾਰ ਦੀ ਗੱਲ ਕੀਤੀ ਜਾਵੇ ਉਹ ਆਪਣਾ ਤਰਕ ਦੇ ਰਹੀ ਹੈ ਅਕਾਲੀ ਸਰਕਾਰ ਦੀ ਗੱਲ ਕੀਤੀ ਜਾਵੇ ਉਹ ਆਪਣਾ ਤਰਕ ਦੇ ਰਹੇ ਨੇ ਆਮ ਆਦਮੀ ਪਾਰਟੀ ਜਿਹੜੀ ਨੇ ਉਹ ਵੀ ਕਰ ਰਹੇ ਅਸੀਂ ਸਿਆਸਤ ਕਰ ਰਹੇ ਹਾਂ ਪਰ ਸਿਆਸਤ ਜਿਹੜੀਆਂ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ ਪਰ ਹੱਲ ਜਿਹੜਾ ਕਿਸਾਨ ਦਾ ਅਜੇ ਤੱਕ ਨਹੀਂ ਨਿਕਲਿਆ ਸਾਡੇ ਕੋਲ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਨੇ ਜੋ ਅੱਜ ਧਰਨਾ ਦੇ ਵੀ ਪ੍ਰਦਰਸ਼ਨ ਦੇ ਲਈ ਖਾਸ ਤੌਰ ਤੇ ਦਿੱਕਤ ਆਏ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਦਾ ਅਗਰ ਹਾਂ ਅਕਾਈ ਮਹਿਲਾ ਚੌਂਕ ਦਾ ਪ੍ਰਧਾਨ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨ ਜਿਹੜੇ ਆਮ ਆਦਮੀ ਪਾਰਟੀ ਵਾਲੇ ਕਰ ਰਹੇ ਅਸੀਂ ਤੁਹਾਡੇ ਨਾਲ ਆ ਅਕਾਲੀ ਦਲ ਕਰ ਰਹੇ ਅਸੀਂ ਤੁਹਾਡੇ ਨਾਲ ਆ ਕਾਂਗਰਸ ਕਰ ਰਹੇ ਅਸੀਂ ਤੁਹਾਡੇ ਨਾਲ ਆ ਫਿਰ ਕਿਸਾਨ ਕਿਹਦੇ ਨਾਲ ਹੈ ਇਹ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਸ ਟਾਈਮ ਖੇਖਣ ਕਰਨ ਉੱਤੇ ਲੱਗੀਆਂ ਹੋਈਆਂ ਨੇ ਮੈਂ ਸੁਖਬੀਰ ਬਾਦਲ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਹਿਣਾ ਚਾਹੁੰਦਾ ਜਦੋਂ ਅਸੀਂ ਪਿੰਡਾਂ ਦੇ ਵਿੱਚ 5 ਦਿਨ ਵਾਸਤੇ ਮੋਰਚੇ ਲਾਏ ਸੀਗੇ ਉਦੋਂ ਸੁਖਬੀਰ ਬਾਦਲ ਸਾਡੇ ਲੋਕਾਂ ਨੂੰ ਕਹਿੰਦਾ ਸੀਗਾ ਵੀ ਇਹ ਆਰਡੀਨੈਂਸ ਬਹੁਤ ਚੰਗੇ ਨੇ ਕਿਸਾਨਾਂ ਦੇ ਹੱਕ 'ਚ ਨੇਗੇ ਉਦੋਂ ਲੱਗਿਆ ਸੀ ਰੌਲਾ ਪਾਉਣਾ ਜਦੋਂ ਸਾਡੇ ਲੋਕਾਂ ਨੇ ਉਹਦੀ ਪੂੰਛ ਦੇ ਉੱਤੇ ਪੈਰ ਧਰਿਆ ਫਿਰ ਉਹੀ ਗਿਆ ਫਿਰ ਆਪਣੇ ਖੇਤੀ ਮੰਤਰੀ ਖੇਤੀਬਾੜੀ ਮੰਤਰੀ ਕੋਲੇ ਨਿਤਿਨ ਤੋਮਰ ਕੋਲੇ ਉਹ ਤਾਂ ਚਿੱਠੀ ਲੈ ਕੇ ਆ ਕੇ ਕਹਿਣ ਲੱਗਿਆ ਗਾ ਉਹ ਵੀ ਇਹ ਜਿਹੜੇ ਆਰਡੀਨੈਂਸ ਨੇ ਤੁਸੀਂ ਇੱਥੋਂ ਇਹਨਾਂ ਦੀ ਐਮਐਸਪੀ ਬਾਰੇ ਕੋਈ ਫਰਮਾਨ ਦਿਓ ਚਿੱਠੀ ਦਿਓ ਸਾਨੂੰ ਕਿਸਾਨ ਸਾਤੋਂ ਸਮਝਦੇ ਨਹੀਂ ਹੈਗੇ ਕਿਸਾਨਾਂ ਨੇ ਉਹ ਵੀ ਪ੍ਰਵਾਹ ਨਹੀਂ ਕਰੀ ਨਹੀਂ ਮਨਜ਼ੂਰ ਕੀਤੀ ਉਹਦੀ ਉਹ ਚਿੱਠੀ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਡਰਾਮਾ ਰਚਿਆ ਹਰਸਿਮਰਤ ਕੌਰ ਦਾ ਅਸਤੀਫਾ ਦਵਾਇਆ ਨਹੀਂ ਮਨਜ਼ੂਰ ਕੀਤਾ ਲੋਕਾਂ ਨੇ ਨਹੀਂ ਮਨਜ਼ੂਰ ਕਰ ਦੇਦਾ ਅਸਤੀਫਾ ਹੁਣ ਉਹ ਗਿਆ ਗਾ ਰਾਸ਼ਟਰਪਤੀ ਕੋਲੇ ਕਹਿੰਦਾ ਗਾ ਰਾਸ਼ਟਰਪਤੀ ਦੇ ਪੈਰਾਂ 'ਚ ਡਿੱਗਿਆ ਜਾ ਕੇ ਵੀ ਰਾਸ਼ਟਰਪਤੀ ਸਾਹਿਬ ਆ ਬਿੱਲ ਦੇ ਉੱਤੇ ਸਾਈਨ ਨਾ ਕਰ ਦਿਓ ਇਹਨੂੰ ਦੁਬਾਰੋਂ ਵਾਪਸ ਇਹਨੂੰ ਵਿਚਾਰਨ ਵਾਸਤੇ ਦੁਬਾਰੋਂ ਲੋਕ ਸਭਾ ਦੇ ਵਿੱਚ ਭੇਜੋ ਪਰ ਸਾਨੂੰ ਇੰਨਾ ਵੀ ਪਤਾ ਗਾ ਵੀ ਰਾਸ਼ਟਰਪਤੀ ਬੇਸ਼ੱਕ ਦਲਿਤ ਭਾਈਚਾਰੇ ਦੇ ਵਿੱਚੋਂ ਹੈ ਪਰ ਰਾਸ਼ਟਰਪਤੀ ਸਾਈਨ ਕਰਕੇ ਭੇਜੂਗਾ ਪਰ ਮੈਂ ਮੇਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਮੈਂ ਮੇਰੇ ਆਵਾਮ ਨੂੰ ਕਹਿਣਾ ਚਾਹੁੰਦਾ ਭਰਾਵ ਆ ਰਾਸ਼ਟਰਪਤੀ ਹੋਵੇ ਚਾਹੇ ਸਾਡਾ ਮਾਣਯੋਗ ਰਾਸ਼ਟਰਪਤੀ ਚਾਹੇ ਪ੍ਰਧਾਨ ਮੰਤਰੀ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਇਹ ਲੋਕ ਰੇਤੇ ਦੀ ਢੇਰੀ ਹੁੰਦੇ ਨੇ ਰੇਤੇ ਦੀ ਢੇਰੀ ਆ ਲੋਕਾਂ ਦੇ ਇਕੱਠਾਂ ਮੂਹਰੇ ਸਿੱਟ ਲਾਂਗੇ ਥੱਲੇ ਖਿੱਚ ਲਾਂਗੇ ਪੂੰਛ ਇਹਨਾਂ ਦੀ ਕਰ ਦਿਆਂਗੇ ਜ਼ਮੀਨ ਥੱਲੋਂ ਇਹਨਾਂ ਦੇ ਪੈਰਾਂ ਦੇ ਥੱਲੋਂ ਜ਼ਮੀਨ ਕਰ ਦਿਆਂਗੇ ਸਾਡੇ ਪੰਜਾਬ ਦੀ ਧਰਤੀ ਨੇ ਅੱਜ ਤੱਕ ਬਹੁਤ ਯੋਧਿਆਂ ਨੂੰ ਜਨਮ ਦਿੱਤਾ ਹੈਗਾ ਸਾਡੇ ਊਧਮ ਸਿੰਘ ਕਰਤਾਰ ਸਿੰਘ ਸਰਾਭਿਆਂ ਨੇ
16-16, 17-17 साल की उम्र के फांसियां दे रस्से चुम्मे ने, नहीं पता इस मोदी नूं भी मोदिया जदों तेरी इस ब्राह्मणवादी लोकां दे उत्ते हिंदू भाईचारे उत्ते अत्याचार करदा सी औरंगजेब, तां साडे दशमेश पिता ने अपने पिता गुरु तेग बहादुर नूं 9 साल की उम्र दे विच कहा सी पिता जी शीश लो दिल्ली दे विच, तां मोदिया तू गलत पंगा लै बैठिया है, गलत सो आ गया तू लैण दे उत्ते, इस करके असीं तैनूं कहना चाहुंदे हांगे आपदे इह आर्डिनेंस वापस लै लै, नहीं इह किसानी तेरियां खुराक खुजियां खत्म कर दूगी। 25 तरीक तू साडे पंजाब दा पुत सीगा, असी तेरियां फिल्मां नूं बहुत प्रमोट कीता, तू साडे लुधियाने शहर दा साडा सीगा धर्मेंद्र दा बेटा, पर असी धर्मेंद्र नूं भी कहना चाहुंदे आ, उस बेईमान सनी देओल नूं भी कहना चाहुंदे आ, तू नलके दे के तेनू लोगों ने सम्मानित किया, तू फिल्म बनाया सी लोगों वास्ते भी बार्डर फिल्म बनाती होर किन्नियां तू फिल्म बनाईया ने, बहुत प्यार दिता सी तेनू लोगों ने, पर तैं बेईमाना तैं आह जिहड़ा साडी किसानी दे वर खिलाफ वोट पा के आ तू लोगों के हक विच भुगतिया, तेनू पंजाब के लोग कदे भी माफ नहीं करनगे, कदे भी तेनू माफ नहीं करनगे। कंगना रावत की गल की जाए, लगातार किसानों के विरोध खड़ी है, हुण लगातार बयान दे रही है, तुसीं की समझदे हो इहदे पिछे हत्थ की है? कंगना रावत साडी भैण है जी, असी लेडीज़ की हर एक की इज्जत कर देंगे, पर उस साडी भैण ने आ साडे किसानां नूं अत्तवादी कह के बड़ा गुनाह किया, बड़ा गुनाह। वह कहती हैगी भी आ किसान गर्म ख्याली ने, यह अत्तवादी ने, इन्हों जे प्रोटेस्ट करते हैं, ये लोकतंत्र का घाण करते हैं। मैं मेरी उस भैन पुछना चाहना कंगना रनावत भी जिदे तेरा घर ढहया सी, तू उत्थे खड़ के रोई सी, मेरी भैन रोई सी, अज साडे किसानां दे सारे किसानां दे घर टैन जा रहे ने, सारियां किसानां दियां जमीनां बिकण जा रहियां ने, तू आ डिबेट दे उत्ते तैनू देवांगे जवाब, तू हिमाचल दे विच बैठ के ठंडे पहाड़ां दे विच बैठ के बयान दिंदी है, तेरे वास्ते बहुत ही माड़ी गल है, तेरे वास्ते बहुत ही घटिया गल है। सो साडे नाल कुछ नौजवान भी मौजूद ने, भाई कित्थों आए तुसीं? अपनी खेती सिर की रोजगार करना है, कभी होर इन्हें अपने को नौकरी मुंडे खड़े ने जी, ये अभी होर नहीं बी लोग सू नौजवान पीढ़ी बाहर जा रही है जी, यहाँ जो सू सहूलत देना साडा ये रद्द कर जी, ना ही इतनी असं आपकी नौकरियां देना, ना वो तो वह भाई गलत नौजवान भीर सारे टू जैड जी पहुंचन गए, वो तो वहजा भीर नौजवान कोई नहीं होना जोड़ा इतने ना होगा भीर जी। सर बिल्कुल जिस तरह नौजवानों की गल की जाए, नौजवान भी जोड़े लगातार भाई जी, तुम भी कि जगह आए हो? राष्ट्रपति को पहुंच चुका है, लगता कि जल्द जिहड़ा पास हो जाएगा, रद्द होना चाहिए जी, ये रद्द करना चाहिए जी सरकार, ये सरासर किसानों नाल धक्का हो रहा जी, इसलिए नौजवान अगे आए ने जी, ਸਾਡੀ ਅਪੀਲ ਹੈ ਜੀ ਸਰਕਾਰ ਨੂੰ ਵੀ ਇਹਨੂੰ ਰੱਦ ਕਰਿਆ ਜਾਵੇ, ਕਿਸਾਨਾਂ 'ਤੇ ਜ਼ੁਲਮ ਨਾ ਕਰਿਆ ਜਾਵੇ ਜੀ, ਨਾ ਕਰਿਆ ਤਾਂ ਫਿਰ ਅਸੀਂ ਕਰਾਉਂਗੇ। ਅੰਕਲ ਜੀ ਤੁਸੀਂ ਸਾਹਿਬ ਤੁਸੀਂ ਲਗਾਤਾਰ ਮੈਨੂੰ ਲੱਗਦਾ ਖਾਸ ਕਰਕੇ ਸਾਡੀ ਸਿਆਸਤ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਸਿਆਸਤ ਹੋ ਰਹੀ ਹੈ, हर एक बंदा अपनी कुर्सी को बचाने वास्ते हर एक तरह के हथ कंधे बना रहा, कोई अस्तीफे दे रहा, कोई किसानों के धरने में लीडर आगे बढ़ते रहे, अभी किसानों के हमायती हाँ, पर जिस टाइम ये आर्डिनेंस पास हो गए ने, लोगों ने 70 साल वोटा पाइया ने, इन्हों सू 2 वोटा की लड़ थी, जो उस टाइम साडा मुख्यमंत्री अस्तीफा दे दिता, बीबी हरसिमरत अस्तीफा दे दी, तो यह आर्डिनेंस रद्द हो सकती थी।
70 ਸਾਲਾਂ ਦੇ ਵਿੱਚ ਸਾਨੂੰ ਦੋ ਵੋਟਾਂ ਨਹੀਂ ਦੇ ਸਕੇ ਤਾਂ ਅਸੀਂ ਇਹਨਾਂ ਨੂੰ ਕੀ ਆਸ ਤੱਕਾਂਗੇ। ਜਿਹੜੇ ਆਰਡੀਨੈਂਸ ਜਾਰੀ ਹੋਵੇ, ਜਿਹੜਾ ਮੋਦੀ ਇਹ ਸੋਚਦਾ ਵੀ ਆਰਡੀਨੈਂਸ ਨੂੰ ਕੋਈ ਤੋੜ ਨਹੀਂ ਸਕਦਾ, ਅਸੀਂ ਬਰਨਾਲੇ ਦੀ ਜੇਲ੍ਹ ਦੀ ਉਦਾਹਰਣ ਦਿੰਦੇ ਹਾਂ। ਸੁਪਰੀਮ ਕੋਰਟ ਦੇ ਜੱਜ ਨੇ ਸਾਡੇ ਸਾਥੀ ਨੂੰ ਉਮਰ ਕੈਦ ਦੇ ਵਿੱਚ ਬੰਨਿਆ ਸੀ। ਜਦੋਂ ਅਸੀਂ ਜੇਲ੍ਹ ਦੇ ਮੂਹਰੇ ਧਰਨਾ ਲਾਇਆ, 47 ਦਿਨਾਂ ਦੇ ਵਿੱਚ ਉਮਰ ਕੈਦ ਦੇ ਵਿੱਚੋਂ ਸਾਡੇ ਸਾਥੀ ਨੂੰ ਫੁੱਲਾਂ ਦੇ ਹਾਰ ਪਾ ਕੇ ਘਰੇ ਛੱਡ ਕੇ ਆਏ ਆ। ਸੁਪਰੀਮ ਕੋਰਟ ਦੀਆਂ ਕਲਮਾਂ ਵਾਪਸ ਮੋੜੀਆਂ ਨੇ। ਆਹ ਮੋਦੀ ਕਿਹੜੇ ਬਾਗ ਦੀ ਮੂਲੀ ਆ, ਇਹਦਾ ਇੱਕ ਘੰਟੇ ਦੀ ਖੇਡ ਨਹੀਂ ਹੈਗੀ, ਕਿਉਂਕਿ ਲੋਕ ਉੱਠੇ ਨੇ, ਲੋਕਾਂ ਦਾ ਹੜਾ, ਲੋਕਾਂ ਦੀ ਤਾਕਤ ਆ ਜਿਹੜੀ ਇਹ ਹਰ ਇੱਕ ਕਾਨੂੰਨ ਨੂੰ ਪਿੱਛੇ ਮੋੜਦੀ ਆ। ਅਸੀਂ ਲੋਕ ਤਾਕਤ 'ਤੇ ਭਰੋਸਾ ਕਰਦੇ ਹਾਂ, ਲੋਕ ਤਾਕਤ ਦੇ ਨਾਲ ਅਸੀਂ ਮੋਦੀ ਨਾਲ ਲੜਾਂਗੇ। ਭਾਈ ਤੁਸੀਂ ਨੌਜਵਾਨ ਹੋ, ਕਲਾਕਾਰ ਲੇਖਾ ਤੁਹਾਡੇ ਜਿਹੜੇ ਸਮਰਥਨ ਦੇ ਵਿੱਚ ਆ ਚੁੱਕੇ ਨੇ, ਕਿਉਂਕਿ 25 ਦਿਨ ਨੂੰ ਜਿਹੜਾ ਕਈ ਕਲਾਕਾਰ ਤੁਹਾਡੇ ਸਮਰਥਨ ਦੇ ਵਿੱਚ ਆ ਗਏ, ਰਣਜੀਤ ਬਾਵਾ ਜੀ ਹੋਰ ਹੀ ਲੇਖਾ ਸਿੰਗਰ ਨੇ, ਕੀ ਸਮਝ ਆ? ਉਹੀ ਸਿੰਗਰ ਜੱਟ ਨੂੰ ਖਰਾਬ ਕਰਦੇ ਨੇ, ਜੱਟਾਂ ਦੇ ਉੱਪਰ ਗਾਲਾਂ ਕੱਢਦੇ ਨੇ, ਜੱਟਾਂ ਦੇ ਦੁਸ਼ਮਣ ਬਣਾਉਂਦੇ ਨੇ, ਜੱਟਾਂ ਨੂੰ ਗੁਮਰਾਹ ਕਰਦੇ ਨੇ, ਤੁਹਾਡੇ ਹੱਥ ਦੇ ਵਿਚਾਰੇ। ਜਿਹੜੇ ਕਲਾਕਾਰ ਨੇ ਇਹਨਾਂ ਨੂੰ ਅਸਲੀ ਜੱਟ ਦੀ ਜ਼ਿੰਦਗੀ ਬਾਰੇ ਕੁਝ ਨੌਲੇਜ ਨਹੀਂ, ਇਹਨਾਂ ਨੇ ਜੱਟਾਂ ਨੂੰ ਖੜਕੂ ਬਣਾਤਾ ਗਾਣਿਆਂ ਦੇ ਵਿੱਚ, ਇਹਨਾਂ ਨੇ ਜੱਟਾਂ ਨੂੰ ਹਥਿਆਰ ਬਣਾਤੇ ਗਾਣਿਆਂ ਦੇ ਵਿੱਚ, ਇਹਨਾਂ ਨੂੰ ਵੱਡੀਆਂ ਵੱਡੀਆਂ ਗੱਡੀਆਂ ਬਣਾ ਦੀਆਂ। ਤੁਸੀਂ ਪੂਰੇ ਪੰਜਾਬ 'ਚ ਘੁੰਮ ਕੇ ਦੇਖੋ ਕਿਹੜਾ ਜੱਟ ਉੱਡੀ ਗੱਡੀ ਲਈ ਫਿਰਦਾ ਬਈ, ਇਹਨਾਂ ਤੋਂ ਤਾਂ ਮੋਟਰਸਾਈਕਲ ਨਹੀਂ ਜੁੜਦਾ, ਜਵਾਕਾਂ ਦੀ ਫੀਸ ਨਹੀਂ ਭਰੀ ਜਾਂਦੀ। ਇਹ ਕਲਾਕਾਰ ਵੀ ਆਪਦੇ ਵਿਊ ਵਧਾਉਣ ਦੇ ਮਾਰੇ ਸਾਡੇ ਧਰਨੇ ਦੇ ਵਿੱਚ ਆ ਰਹੇ ਨੇ, ਹੋਰ ਇਹਨਾਂ ਦੇ ਪੱਲੇ ਕੱਖ ਨਹੀਂ। ਜੇ ਸੋਚੋ ਇਹ ਸੱਚੇ ਮਨੋ ਜਾਂ ਦਿਲੋਂ ਸਾਡੀ ਸਪੋਰਟ ਕਰਦੇ ਨੇ, ਮੇਰੇ ਮੁਤਾਬਕ ਮੈਂ ਤਾਂ ਨਹੀਂ ਮੰਨਦਾ ਵੀ ਇਹ ਸੱਚੇ ਦਿਲੋਂ ਚੱਲੇ ਨੇ, ਇਹ ਤਾਂ ਆਪਣੀ ਮਸ਼ਹੂਰੀ ਕਰਨ ਵਾਸਤੇ ਸਾਡੇ ਧਰਨੇ ਦੇ ਵਿੱਚ ਆਉਂਦੇ ਨੇ। ਇੱਕ ਸਾਡੇ ਜਥੇਬੰਦੀ ਦਾ ਰੂਲ ਆ ਵੀ ਅਸੀਂ ਕਿਸੇ ਕਲਾਕਾਰ ਨੂੰ ਸਟੇਜ 'ਤੇ ਨਹੀਂ ਚੜ੍ਹਨ ਦਿੰਦੇ। ਅੱਜ ਵੀ ਕੁਝ ਕਲਾਕਾਰ ਆਏ ਬੈਠੇ ਨੇ, ਪਹਿਲਾਂ ਵੀ ਆ ਕੇ ਮੁੜ ਗਏ, ਦੋ ਦਿਨ ਅੱਜ ਮੈਨੂੰ ਮਿਲੇ ਨੇ, ਪਰ ਉਹ ਕਹਿੰਦੇ ਜੀ ਟਾਈਮ ਮਾ ਟਾਈਮ ਤਾਂ ਇੱਥੇ ਮਹਾਰਾਜ ਪਟਿਆਲੇ ਨੂੰ ਮਿਲਦਾ, ਤੁਸੀਂ ਕੀ ਚੀਜ਼ ਹੋ? ਅਸੀਂ ਕਿਸੇ ਲੀਡਰ, ਸਾਡੀ ਜਥੇਬੰਦੀ ਨਾ ਕਿਸੇ ਗਾਇਕ ਨੂੰ ਕੋਈ ਟਾਈਮ ਨਹੀਂ ਹੈ, ਕੋਈ ਇਹਨਾਂ ਲਈ ਸਾਡੀ ਹਮਦਰਦੀ ਨਹੀਂ। ਇੱਕ ਗੱਲ ਹੋਰ ਆ ਵੀ ਇਹ ਸਾਡੇ ਨੌਜਵਾਨ ਮੇਲੇ ਜਿਹੜੇ BNH ਬੱਬੂ ਮਾਨ ਦੇ ਮੂਸੇ ਵਾਲੇ ਦੇ ਮਗਰ ਤੁਰੇ ਫਿਰਦੇ ਨੇ, ਇਹਨਾਂ ਨੂੰ ਥੋੜ੍ਹਾ ਜਿਹਾ ਸਮਝਣਾ ਚਾਹੀਦਾ, ਸੋਚਣਾ ਚਾਹੀਦਾ ਵੀ ਬੱਬੂ ਮਾਨ ਜਾਂ ਸਿੱਧੂ ਮੂਸੇ ਵਾਲਾ ਉਹ ਤਾਂ ਲੱਖਾਂ ਲੱਖਾਂ ਤੋਂ ਲੱਖਪਤੀ ਬਣ ਗਏ, ਵੀ ਆਪਾਂ ਬਣ ਗਏ? ਆਪਾਂ ਉਹਨਾਂ ਦੇ ਮਗਰ ਲੜਾਈਆਂ ਕਰਦੇ ਹਾਂ, ਮੋਬਾਈਲਾਂ 'ਤੇ ਰੋਜ਼ ਇੱਕ ਦੂਜੇ ਨੂੰ ਗਾਲਾਂ ਕੱਢਦੇ ਹਾਂ, ਵੀ ਤੁਹਾਡੇ ਪੱਲੇ ਕੀ ਆ? ਤੁਹਾਡੇ ਪੱਲੇ ਤਾਂ ਤੁਹਾਡੀ ਜ਼ਮੀਨ ਨਹੀਂ ਰਹਿ ਰਹੀ। 25 ਦਿਨਾਂ ਤੁਹਾਡੇ ਧਰਨੇ ਦੇ ਵਿੱਚ ਆ ਰਹੇ ਨੇ, ਉਹ ਕਹਿੰਦੇ ਅਸੀਂ ਸਮਰਥਨ ਕਰਾਂਗੇ। ਆਈ ਜਾਣ ਜੀ, ਚਾਹੇ ਲੱਖ ਗਾਇਕਾਂ ਜਾਂ ਪੂਰੇ ਹਿੰਦੁਸਤਾਨ ਦੇ ਆ ਜਾਣ, ਸਟੇਜ ਦੇ ਥੱਲੇ ਪਬਲਿਕ ਦੇ ਮੁਤਾਬਕ ਜਿਵੇਂ ਸਾਡੇ ਕਿਸਾਨ ਵੀਰ ਮੇਰੇ ਬੈਠੇ ਨੇ ਉਵੇਂ ਬਹਿ ਕੇ ਮੁੜ ਜਾਣ, ਮੋਸਟ ਵੈਲਕਮ। ਦੇਖੋ ਜਿਹੜੇ ਆਪਾਂ ਜਥੇਬੰਦੀ ਵੱਲੋਂ ਪ੍ਰੋਗਰਾਮ ਉਲੀਕੇ ਗਏ ਨੇ ਪਹਿਲਾਂ ਵੀ, ਜਿੰਨੀ ਵੀ ਆਪਾਂ ਨੇ ਤਾਕਤ ਇਕੱਠੀ ਕਰੀ ਆ ਖਾਸ ਕਰਕੇ ਨੌਜਵਾਨਾਂ ਦੀ, ਪਹਿਲਾਂ ਵੀ ਆਪਾਂ ਨੇ ਪਿੰਡਾਂ ਦੇ ਵਿੱਚੋਂ ਸ਼ੁਰੂ ਕੀਤੇ ਨੇ ਮੋਰਚੇ, ਇਹ 25 ਤੋਂ 29 ਤੱਕ ਪਿੰਡਾਂ ਦੇ ਵਿੱਚ ਅਸੀਂ ਜਿਹੜੀ ਮੋਰਚਾਬੰਦੀ ਕਰੀ ਆ, ਉੱਥੇ ਅਸੀਂ ਨੇ ਨੌਜਵਾਨਾਂ ਦਾ ਇਹ ਸਾਥ ਮੰਗਿਆ ਸੀਗਾ ਕਿ ਜਿਹੜੇ ਇਹ ਬੇਈਮਾਨ ਲੀਡਰ ਨੇ, ਇਹਨਾਂ ਦੇ ਜਿਹੜੀਆਂ ਜੜ੍ਹਾਂ ਨੇਗੀਆਂ ਉਹ ਆਪਣੇ ਪਿੰਡਾਂ ਦੇ ਵਿੱਚ ਲੱਗੀਆਂ ਹੋਈਆਂ ਨੇ, ਉਹ ਜੜ੍ਹਾਂ ਆਪਾਂ ਪੱਟਣੀਆਂ ਨੇ, ਤਾਂ ਕਰਕੇ ਆ ਨੌਜਵਾਨਾਂ ਦਾ ਸਹਿਯੋਗ ਮਿਲ ਰਿਹਾ। ਸੋ ਇਸ ਲਈ ਆਪਾਂ ਨੇ ਇਹ ਨੌਜਵਾਨਾਂ ਜਿਹੜਾ ਹੰਗਾਰਾ ਮਿਲਿਆ, ਇਸ ਤਹਿਤ ਆਪਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜੇ ਆਰਡੀਨੈਂਸ ਨੇ ਲੋਕ ਵਿਰੋਧੀ ਨੇ, ਇਹਨਾਂ ਨੂੰ ਰੱਦ ਕਰਵਾਉਣ ਵਾਸਤੇ ਆਪਾਂ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਪਿੰਡਾਂ ਦੇ ਵਿੱਚੋਂ। ਇਸ ਲਈ ਅੱਜ ਅਸੀਂ ਇਹ 25 ਦੇ ਬੰਦ ਦਾ ਸੱਦਾ ਜਿਹੜਾ ਸ਼ਹਿਰ ਪਟਿਆਲੇ ਦੇ ਵਿੱਚ, ਵੱਖ ਵੱਖ ਪੰਜਾਬ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਅੱਜ ਕੀਤਾ ਹੋਇਆ, ਅਤੇ ਨਾਲ ਆਪਣਾ ਜਿਹੜਾ ਅਗਲਾ ਪ੍ਰੋਗਰਾਮ ਆ 24 ਤਰੀਕ ਨੂੰ ਕੱਲ੍ਹ ਨੂੰ, ਉਹ ਆਪਾਂ ਨੇ ਜਿਹੜਾ ਇੱਥੇ ਪਟਿਆਲੇ ਮੋਰਚਾ ਲੱਗਿਆ ਹੋਇਆ ਜੀ ਪੁੱਡਾ ਗਰਾਊਂਡ ਦੇ ਵਿੱਚ, ਉਹ ਮੋਰਚਾ ਆਪਾਂ ਨੇ ਨਾਭੇ ਲਾਇਆ ਹੁਣ ਕੱਲ੍ਹ ਤੋਂ, ਉੱਥੇ ਆਪਾਂ ਜਿਹੜਾ ਰੇਲਵੇ ਟਰੈਕ ਆ ਆਪਣਾ ਭਵਾਨੀਗੜ੍ਹ ਰੋਡ ਨਾਭੇ ਵਾਲਾ, ਉੱਥੇ ਪੁੱਲ ਦੇ ਥੱਲੇ ਮੋਰਚਾ ਆਪਣਾ ਕੱਲ੍ਹ ਤੋਂ ਲੱਗੂਗਾ, ਅਤੇ ਉਹ ਦੇਖੀ ਜਾਊਗੀ ਫਿਰ ਆਰ ਪਾਰ ਦੀ ਲੜਾਈ ਲੜਾਂਗੇ ਆਪਾਂ ਕਿੰਨਾ ਕੁ ਟਾਈਮ ਚੱਲਦਾ। ਗੁਰਦੇਵ ਸਿੰਘ ਜੀ, ਗੱਜੂ ਮਾਜਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ, ਪਟਿਆਲੇ ਦਾ ਸੀਨੀਅਰ ਮੀਤ ਪ੍ਰਧਾਨ। ਸਰ ਅਰਦਾਸ, ਜਿਹੜਾ ਤੁਸੀਂ ਮਾਰਚ ਕਰ ਰਹੇ ਹੋ, ਕਿੱਛੀ ਦਾ ਮਾਰਚ, ਕੀ ਮੈਸੇਜ ਦੇ ਰਹੇ ਹੋ ਲੋਕਾਂ ਨੂੰ? ਇਹ ਮੈਸੇਜ ਦੇ ਰਿਹਾ ਜੋ ਕਿ ਮੋਦੀ ਸਰਕਾਰ ਨੇ ਇਹ ਆਰਡੀਨੈਂਸ ਲਿਆਉਂਦੇ ਨੇ, ਇਸ ਦੇ ਵਾਸਤੇ ਕੁੱਲ ਪਾਰਟੀਆਂ ਵੱਲੋਂ ਸਮੇਤ ਆੜ੍ਹਤੀਆ ਵਰਗ ਦੋਜੀ ਜੋ ਕਿ ਕੁੱਲ ਜਥੇਬੰਦੀਆਂ ਦਾ ਏਕੇ ਦੇ ਨਾਲ ਸਾਰੇ ਪੰਜਾਬ ਨੂੰ 25 ਵਾਲੇ ਦਿਨ ਆਪਾਂ ਨੇ ਬੰਦ ਰੱਖਣਾ, ਮੁਕੰਮਲ ਰੋਸ ਦਿਖਾਉਣਾ ਆਪਾਂ ਨੇ ਮੋਦੀ ਨੂੰ ਵੀ ਇਹ ਸਾਰੇ ਇੱਕ ਝੰਡੇ ਸਾਡੇ ਆ ਚੁੱਕੇ ਨੇ, ਕੁੱਲ ਜਨਤਾ, ਸਾਡੀਆਂ ਮਾਵਾਂ ਭੈਣਾਂ ਅਤੇ ਸਾਡੇ ਵੀਰ ਬਜ਼ੁਰਗ, ਸਾਡੇ ਸ਼ਹਿਰੀ ਵਰਗ ਅਤੇ ਸਾਡੇ ਮੁਲਾਜ਼ਮ ਦੋਜੀ ਜੋ ਵੀ ਹਨਗੇ ਸਾਰੇ ਇਹ ਇਕੱਠੇ ਹੋ ਚੁੱਕੇ ਨੇ ਲਾੜਤੀਆਂ ਵਰਗ ਤੋਂ। ਕਿਹੜਾ ਰੋਡ ਹੈ ਤੁਸੀਂ ਕਿਨਾਰੋ ਸ਼ਹਿਰ 'ਚ ਜਾਓਗੇ, ਕਿੱਥੇ ਕਿੱਥੇ ਜਾਓਗੇ? ਅਸੀਂ ਅੱਜ ਸਾਰੇ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਕਿਹੜੇ ਬਾਜ਼ਾਰਾਂ ਵਿੱਚ ਸਾਡੀ ਗੱਡੀ ਘੁੰਮਦੀ ਹੈ, ਉੱਥੇ ਸਾਰੇ ਬਾਜ਼ਾਰਾਂ ਦੇ ਵਿੱਚ ਅਸੀਂ ਅੱਜ ਸੁਨੇਹਾ ਦੇਵਾਂਗੇ ਸਾਡੇ ਭਰਾਵਾਂ ਨੂੰ, ਦੁਕਾਨਾਂ ਵਾਲਿਆਂ ਨੂੰ, ਸ਼ਹਿਰ ਵਾਸੀਆਂ ਨੂੰ ਹੱਥ ਪੈਨ ਕੇ ਬੇਨਤੀ ਕਰਾਂਗੇ ਕਿ ਸਾਡਾ ਸਾਥ ਦਿਓ, ਕਿਉਂਕਿ ਆਪਾਂ ਇੱਕ ਝੰਡੇ ਥੱਲੇ ਹੋ ਕੇ
मोदी की जी फोटी आ लवा सकी धौन से गोडा रखी है। बिल्कुल जिस तरह किसान लगातार प्रदर्शन कर रही है, किसी भी सिंगर कोला बोलन की जी इजाजत नहीं दी जाएगी। सब देखना होगा पच्ची दिन की लड़े लगातार सिंगर अपने फेसबुक से जरा सोशल मीडिया से पोस्टा पा रहे हैं, हम देखना होगा किस तरह जरा इन्होंने स्टेजों के उपर बोलन की इजाजत दी जाए या नहीं। पटियाला तो कैमरामैन अंग्रेज के नाल हरजीत सिंह की रिपोर्ट, चढ़ती कला। सबसक्राइब करो चढ़दी कला टाइम टीवी नू ते लेटेस्ट अपडेट पाउन लई प्रेस करो बेल आइकन।